आप अच्छ गल करते हैं विदेश भेजन के नाते जिहड़ी पंजाबियों के नाल ठगी हो रही है उसका शिकार होए नौजवान नित दिहाड़े मोहाली ते चंडीगढ़ दीआं सड़कां ते तुहानूं देखण नूं मिल जांदे आ। इदां ही जिला संगरूर नाल संबंधित कुछ नौजवान बीते 4-5 दिनां तों चंडीगढ़ दी इक इमीग्रेशन कंपनी दी लुट दा शिकार होए अपना दर्द दसदे फिर रहे ने। उन्हां वल्लों सैक्टर 17 दे पुलिस स्टेशन चंडीगढ़ दे विच कंप्लेंट भी कीती गई है। आज आपां गल करदे आ ठगी दा शिकार होए इन्हां नौजवानां ने की दस्या है किमें ठगी का शिकार हुए ने किन्ने किन्ने इन्हां दे पैसे फसे ने हुण कहानी कित्थे खड़ी है। कोशिश की जाके जल्दी उसे दफ्तर बंद कर दिया। असीं ये मुंडिया विश्वास दिवाने भी खरड़ तो मोहाली तो खन्ने तो समराले तो संगरूर जिला सारा वे आऊगा। इन्हां जिहड़े मालक ने उन्होंने फोटो पिकां उन्होंने कोठी इन्हां जिहड़े होर दफ्तर मोहाली चल रहे ने असीं सारे देखे ਵੀਰ ਜੀ 1 ਲੱਖ ਰੁਪਏ ਦਾ ਪੈਟਰੋਲ ਡੀਲ ਹੋਇਆ 1 ਲੱਖ ਰੁਪਏ ਦਾ ਬਾਈ ਰਿਕਾਰਡ ਜੀ ਜਿਹਦੇ ਪਰਚੇ ਨੇ ਸਭ ਤੋਂ ਇਹਨਾਂ ਕੋਲ ਦੇਖ ਆਖਰ ਨੂੰ ਪੇਮੈਂਟ ਦੇਣੀ ਪਊ। ਉਹਨਾਂ ਨੇ ਆਪਣੇ ਉੱਥੋਂ ਬਾਸਤੀ ਮੈਂ ਕਿਸੇ ਦੇ ਬੋਰਡ ਬੁਰ ਸਭ ਲਾ ਚੁੱਕੇ ਆ। 10-10 ਬੰਦੇ ਲੈ ਕੇ ਦੇਖ ਲਿਓ ਰੇ 10-10 ਬੰਦੇ ਲੈਂਦੇ ਸਿਆਣੇ ਬੰਦੇ ਵੀ ਲੈਂਦੇ ਸਾਡੇ ਬਜ਼ੁਰਗ ਵੀ ਲੈਂਦੇ ਪਰ ਉਹਨਾਂ ਨੂੰ ਵੀ ਇਹਨਾਂ ਨੇ ਗਾਲੀ ਗਲੋਚ ਕਰਕੇ ਉਹਨਾਂ ਧੱਕੇ ਮਾਰ ਕੇ ਬਾਹਰ ਕੱਢਦੇ ਰਹੇ। ਮੋਹਾਲੀ ਐਸਐਸਪੀ ਸਾਹਿਬ ਕੋਲ ਜਾਵਾਂਗੇ ਉੱਥੇ ਵੀ ਨਾ 2 ਦਿਨ ਚੱਲ ਰਹੇ ਨੇ कुटमार तक भी जाते रहे गाली गलौच भी करी। अच्छा जो मसला से इमीग्रेशन के नाल हल होया कित्थों तक पहुंचा? जिहड़ा मसला है जी इमीग्रेशन नाल साडा हाले तक कोई हल नहीं होया जी। असीं हाले उरे अई भटकदे फिरदे आ ਅਸੀਂ 22 ਤਰੀਕ ਦੇ ਉਦੋਂ ਦੇ ਉਰੀ ਫਿਰਦਿਆਂ ਉਰੇ ਹੋਟਲ ਲੈ ਕੇ ਕਿਰਾਏ 'ਤੇ ਅਸੀਂ ਰਹਿ ਰਹੇ ਹਾਂ ਪਰ ਹਾਲੇ ਕੋਈ ਮਸਲਾ ਹੱਲ ਨਹੀਂ ਹੋਇਆ ਕੋਈ ਸਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ ਹਾਲੇ ਤੱਕ। ਕੀ ਜਵਾਬ ਅੱਗੇ ਮਿਲਦਾ? ਅੱਗੇ ਜਵਾਬ ਮਿਲ ਰਿਹਾ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਉਹ ਮਾੜਾ ਮੋਟਾ ਸਾਡੇ ਨਾਲ ਕੰਟੈਕਟ ਕਰਦੇ ਨੇ ਉਹ ਕਹਿੰਦੇ ਅਸੀਂ ਪੇਮੈਂਟ ਪਾ ਦਿੰਦੇ ਹਾਂ ਬਸ ਘੰਟੇ ਤੱਕ ਪਾਉਂਦੇ ਹਾਂ ਹੋ ਰਹੀ ਹੈ ਸਰ ਪਲੀਜ਼ ਸਰ ਤੁਹਾਡੀ ਪੇਮੈਂਟ ਪਾ ਰਹੇ ਹਾਂ ਪਰ ਉਹ ਰੋਜ਼ ਸ਼ਾਮ ਨੂੰ ਜਦੋਂ 5 ਤੋਂ ਬਾਅਦ ਉਹ ਫੋਨ ਪਿੱਕ ਕਰਨ ਵਾਲੇ ਕਰਨੋਂ ਹਟ ਜਾਂਦੇ ਨੇ ਸਾਡੀ ਜਿਹੜੀ ਮਜਬੂਰੀ ਬਣ ਜਾਂਦੀ ਹੈ ਉਹਰੇ ਰਹਿਣ ਦੀ ਬਣ ਜਾਂਦੀ ਹੈ ਅਸੀਂ ਦੂਰ ਬਾਸ ਪਿੰਡ ਜਾ ਨਹੀਂ ਸਕਦੇ 400-500 ਕਿਲੋਮੀਟਰ ਸਾਡਾ ਪਿੰਡ। ਉਹ ਕਹਿੰਦੇ 10 ਤਰੀਕ ਸਾਨੂੰ ਦੇ ਦਿਓ 10 ਤਰੀਕ ਤੱਕ ਅਸੀਂ ਪਾ ਦਾਂਗੇ ਤੁਸੀਂ ਵੇਟ ਕਿਉਂ ਨਹੀਂ ਕਰ ਰਹੇ? ਸਰ ਅਸੀਂ ਉਹਨਾਂ ਨੂੰ ਪਹਿਲਾਂ 6 ਮਹੀਨੇ ਪਹਿਲਾਂ ਅਸੀਂ ਤਰੀਕਾਂ ਦੇ ਚੁੱਕੇ ਆ ਸਾਡੇ ਲਵੇ ਬਾਏ ਚੈੱਕ ਪਏ ਨੇ ਚੈੱਕਾਂ ਕਾਰਨ ਵੀ ਉਹ ਚੈੱਕ ਦੇਣ ਤੋਂ ਬਾਅਦ ਵੀ ਸਾਨੂੰ ਸਟਾਪ ਕਰਾਈ ਜਾਂਦੇ ਨੇ ਉਹਨੂੰ ਕਿੰਨੀਆਂ ਡੇਟਾਂ ਦੀ ਹੈ 10 ਵਾਰ ਮੈਂ ਬਾਏ ਰਿਕਾਰਡ ਉਹਰੇ ਗੱਡੀ ਲੈ ਕੇ ਆ ਗਿਆ ਜਿਹਦੀਆਂ ਮਿਲਵੇ ਤੇਲ ਪਵਾਉਣ ਦੀਆਂ ਰਸੀਦਾਂ ਪਈਆਂ ਨੇ ਟੋਲ ਪਲਾਜ਼ੇ ਦੀਆਂ ਵੀ ਰਸੀਦਾਂ ਪਈਆਂ ਨੇ ਪਰ ਉਹਨਾਂ ਨੂੰ ਤਰੀਕਾਂ ਦੇਣ ਦੇ ਬਾਵਜੂਦ ਵੀ ਕੋਈ ਮਸਲਾ ਹੱਲ ਹੋਇਆ ਨਹੀਂ ਹੈਗਾ ਜੀ। ਉਹਨੂੰ ਆਏ ਵੀ ਨਹੀਂ ਕਿਹਾ ਕਿ ਪਹਿਲਾਂ 50,000 ਜਾਂ ਲੱਖ ਲੈ ਲਓ ਬਾਅਦ 'ਚ ਬਾਕੀ ਕਰ ਲੈ? ਨਾ ਨਾ ਜੀ ਕੁਛ ਨਹੀਂ ਉਹ ਤਾਂ ਵੈਸੇ ਹੀ ਲਾਰੇ ਲਾ ਰਹੇ ਹਾਂ ਜੀ ਕਿਉਂਕਿ ਉਹਨਾਂ ਨੇ ਪੇਮੈਂਟ ਹੁਣ ਤੱਕ 0 ਪੇਮੈਂਟ ਦਿੱਤੀ ਆਪਾਂ ਨੂੰ। ਹੂੰ ਤੁਹਾਡੇ ਕਿੰਨੇ ਪੈਸੇ ਜੀ? ਮੇਰਾ ਜੀ 674,000 ਆ ਜੀ। 2 ਮਿੰਟਾਂ ਪਹੁੰਚ ਤੇ ਮੈਨੂੰ ਕੋਈ 1 0 ਪੇਮੈਂਟ ਆ ਜੀ 0 ਹੁਣ ਤੱਕ। ਮੈਂ ਬਹੁਤ ਗੇੜੇ ਮਾਰ ਚੁੱਕਿਆ ਪਹਿਲਾਂ ਵੀ ਗੇੜੇ ਮਾਰੇ ਨੇ ਮੈਂ 2 ਮਹੀਨੇ ਦਾ ਗੇੜੇ ਮਾਰਿਆ ਵੀ ਹੁਣ ਦੇਣੇ ਆ ਜੀ ਆਪ 10 ਦਿਨ ਦੇਣੇ ਹੁੰਦੇ ਦਾਂਗੇ 15 ਦਿਨ ਦੇਣਗੇ ਪਰ ਮੈਨੂੰ ਹੁਣ ਤੱਕ 0 ਪੇਮੈਂਟ ਦਿੱਤੀ ਇਹਨਾਂ ਨੇ। ਤੁਹਾਡਾ ਕੀ ਚਾਰਾ ਹੁਣ ਤੁਸੀਂ ਅੱਗੇ ਕੀ ਕਰਨਾ? ਸਾਡਾ ਚਾਰਾ ਵੀ ਜੀ ਅਸੀਂ 22 ਤਰੀਕ ਦੇ ਇੱਥੇ ਬੈਠੇ ਹੋਏ ਹਾਂ ਇਹਨਾਂ ਨੂੰ ਮੂੰਹ ਕਰੇ ਦੇਖ ਰਹੇ ਸੀਗੇ ਅੱਜ ਅਸੀਂ SHO ਸਾਹਿਬ ਨੂੰ ਮਿਲ ਕੇ ਆਏ ਹਾਂ ਅੱਜ ਉਹਨਾਂ ਨੇ ਸਾਡਾ ਪੋਰਟਲ 'ਤੇ ਚਾੜਿਆ ਜਿਹੜੀ ਸਾਡੀ ਐਪਲੀਕੇਸ਼ਨ ਦਿੱਤੀ ਸੀਗੀ ਉਹਨਾਂ ਤੋਂ ਅਸੀਂ ਲੈ ਕੇ ਆਏ ਕਾਪੀ ਕੰਪਲੇਂਟ ਜਿਹੜੀ ਕੰਪਲੇਂਟ ਕੀਤੀ ਸੀ ਠੀਕ ਹੈ ਜੀ ਇਹਨਾਂ ਨੇ ਇਹਨਾਂ ਲਾ ਰਹੇ ਨੇ ਹੋਰ ਕੁਛ ਨਹੀਂ ਅਸੀਂ 1-2 ਦਿਨਾਂ ਦੇ ਵਿੱਚ ਹੋਰ ਵੱਡੇ ਖਲਾਸੇ ਕਰਨ ਵਾਲੇ ਹਾਂ। ਇਹਨਾਂ ਜਿਹੜੇ ਮਾਲਕ ਨੇ ਉਹਨਾਂ ਦੀਆਂ ਫੋਟੋਆਂ ਪਿੱਕਾਂ ਉਹਨਾਂ ਦੇ ਕੋਠੀ ਇਹਨਾਂ ਜਿਹੜੇ ਹੋਰ ਦਫ਼ਤਰ ਮੋਹਾਲੀ ਚੱਲ ਰਹੇ ਨੇ ਅਸੀਂ ਸਾਰੇ ਦੇਖਿਆ ਸਾਡੀਆਂ ਯੂਨੀਅਨ ਨੇ ਕਿਸਾਨ ਯੂਨੀਅਨ ਉਹ ਸਾਨੂੰ ਗਾਲਾਂ ਕੱਢ ਰਹੀਆਂ ਨੇ ਵੀ ਤੁਸੀਂ ਕਿਉਂ ਬੈਠੇ ਹੋ ਉੱਥੇ ਜਾਂ ਤੁਹਾਨੂੰ ਪਤਾ ਵੀ ਪੰਜਾਬ 'ਚ ਰਹਿ ਰਹੇ ਨੇ ਇਹ ਪੰਜਾਬ 'ਚ ਇਹਨਾਂ ਦਫ਼ਤਰ ਨੇ ਤੁਸੀਂ ਕਿਉਂ ਨਹੀਂ ਸਾਨੂੰ ਦੱਸਦੇ ਆਪਾਂ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਪੈਸੇ ਵੀ ਕਢਾਉਣੇ ਨੇ ਇਹ ਸਾਨੂੰ ਕਹਿੰਦੇ ਮਾਲਕ ਤਾਂ ਬਾਹਰ ਗਏ ਨੇ ਜੀ ਅਸੀਂ ਮਾਲਕ ਕਿ ਕੀ ਲੈਣਾ ਅਸੀਂ ਕੋਠੀ ਕਰਕੇ ਬਹਿ ਜਾਵਾਂਗੇ ਜੀ ਸਾਡੇ ਇਹ 2 ਪਾਸੇ ਹੋਣਗੇ ਹੁਣ ਯੂਟੀ 'ਚ ਵੀ ਹੈ ਸਾਡਾ CM ਸਾਹਿਬ ਕੋਲ ਵੀ ਅਸੀਂ ਜਾਵਾਂਗੇ। ਤੁਸੀਂ ਪ੍ਰਸ਼ਾਸਨ ਕੋਲ ਵੀ ਗਏ ਹੋ ਪਹਿਲਾਂ? ਗਏ ਹਾਂ ਜੀ ਹੁਣ ਕੱਲ੍ਹ ਨੂੰ ਅਸੀਂ ਮੋਹਾਲੀ SSP ਸਾਹਿਬ ਕੋਲ ਜਾਵਾਂਗੇ ਉੱਥੇ ਵੀ ਨਾ 2 ਦਿਨ ਚੱਲ ਰਹੇ ਨੇ ਮੂਵ ਟੂ ਬਰੋਡ ਚੱਲ ਰਿਹਾ ਵਿਜੀਲੈਂਡ ਚੱਲ ਰਿਹਾ ਦਾ ਜੈਲੋ ਲੀਵ ਚੱਲ ਰਿਹਾ ਇਹ ਇੱਕੋ ਹੀ ਮਾਲਕ ਦੇ ਉਹ ਡਾਕਟਰ ਰੀਤ ਉਹਦੇ ਹੀ ਨੇ ਸਭ ਕੁਝ। ਉਹਨਾਂ ਨਾਲ ਮਾਲਕਾਂ ਨਾਲ ਤੁਹਾਡੀ ਗੱਲ ਨਹੀਂ ਹੋਈ ਕੋਈ? ਤੁਸੀਂ ਨਹੀਂ ਮਾਲਕਾਂ ਨਾਲ ਹਾਲੇ ਤੱਕ ਸਾਡੀ ਗੱਲ ਨਹੀਂ ਹੋਈ। ਕਿੰਨੇ ਚਿਰ ਦੇ ਪੈਸੇ ਫਸੇ? 28 ਮਹੀਨਾ ਤੇ 26 ਤੋਂ 28 ਮਹੀਨੇ ਹੋ ਗਏ ਜੀ ਕਿਸੇ 26 ਤੋਂ 28 ਇਹਨਾਂ ਟਾਈਮ ਹੋ ਗਿਆ ਨਾ ਵੀਜ਼ਾ ਨਾ ਪੈਸੇ ਨਾ ਵੀਜ਼ਾ ਨਾ ਪੈਸੇ ਜੀ ਨਾ ਕੋਈ ਹੋ ਦਿੱਤਾ ਜੀ ਕੁਝ ਵੀ ਨਹੀਂ ਆਇਆ ਉਹਨਾਂ ਨੂੰ। ਨਹੀਂ ਮਾਸਰ ਇੱਕ ਮਿੰਟ ਜਾ ਕੇ ਆਇਆ ਸਟਾਸ਼ ਰੈਡੀ 'ਚ ਉਹਨਾਂ ਨੇ ਆਪਣੇ ਉੱਥੋਂ ਬਾਸਤੀ ਮੈਂ ਕਿਸੇ ਦੇ ਬੋਰਡ ਬੁਰ ਸਭ ਲਾ ਚੁੱਕੇ ਆ ਇੱਥੇ ਅਸੀਂ ਕੋਸ਼ਿਸ਼ ਕੀਤੀ ਜਾ ਕੇ ਮਿਲਣੀ ਇਹਨਾਂ ਨੂੰ
ਉੱਥੇ ਦਫ਼ਤਰ ਹੀ ਬੰਦ ਕਰ ਗਏ? ਨਹੀਂ ਦਫ਼ਤਰ ਤਾਂ ਵੱਡਾ, ਹੋਰ ਲੋਕ ਵੀ ਆਉਂਦੇ ਹੋਣਗੇ ਤੁਹਾਡੇ ਮਸਲੇ ਕਰਕੇ, ਤਾਂ ਅਗਲਾ ਦਫ਼ਤਰ ਤਾਂ ਨਹੀਂ ਬੰਦ ਕਰਕੇ ਜਾਊਗਾ? ਨਹੀਂ ਦਫ਼ਤਰ ਬੰਦ ਹੈ ਜੀ, ਤੁਸੀਂ ਜਾ ਕੇ ਦੇਖ ਦਿਓ ਸਾਡੇ ਨਾਲ, ਉਹਦੇ ਸਾਰੇ ਉਹਨਾਂ ਨੇ ਬੈਨਰ ਲਾਏ ਪਏ ਨੇ। ਪਰ ਹਾਂ, ਸਾਨੂੰ ਜਿਹੜੀਆਂ ਉਹਨਾਂ ਦੂਜੀਆਂ ਬ੍ਰਾਂਚਾਂ ਦਾ ਪਤਾ ਹੈਗਾ, ਅਸੀਂ ਉੱਥੇ ਵੀ ਜਾਵਾਂਗੇ, ਕਿਉਂਕਿ ਸਾਨੂੰ ਪਹਿਲਾਂ ਉੱਥੇ ਮਿਲਾਉਂਦੇ ਰਹੇ ਨੇ ਉਹਨਾਂ ਦੀਆਂ ਕਈ ਮੈਡਮਾਂ ਨੇ, ਛਪਿੰਦਰ ਮੈਡਮ ਦੀ ਦਾ ਵੀਜ਼ਾ ਲੈਣ 'ਚ, ਜੈਲੋ ਲੀਵ 'ਚ ਆਪਣੀ ਇੱਕ ਮੈਡਮ, ਅਸੀਂ ਉਹਨਾਂ ਨੇ ਜਾਣਦੇ ਹਾਂ ਬਾਈ ਚਿਹਰੇ ਤੋਂ, ਉਹਨਾਂ ਨੂੰ ਜਾ ਕੇ ਉੱਥੇ ਵੀ ਘਰਾਓ ਕਰਾਂਗੇ, ਉਹਨਾਂ ਨੂੰ ਮਿਲਾਂਗੇ, ਸਾਰੇ ਜਿੰਨੀਆਂ ਜਿੰਨੀਆਂ ਬ੍ਰਾਂਚਾਂ ਨੇ ਹਰ ਇੱਕ ਥਾਂ 'ਤੇ ਜਾਵਾਂਗੇ ਅਸੀਂ, ਜਿੱਥੇ ਤੱਕ ਸਾਨੂੰ ਮਿਲਾਉਂਦੇ ਰਹੇ ਨੇ। ਹੁਣ ਤੁਸੀਂ ਅਗਲੀ ਕਾਰਵਾਈ ਯੂਨੀਅਨ ਨਾਲ ਬੁਲਾਵਾਂਗੇ ਜੀ, ਜੇ ਸਾਡੀ ਗੱਲ ਕੋਈ ਸੁਣ ਨਹੀਂ ਰਿਹਾ, ਸਾਡੇ ਯੂਨੀਅਨ ਕੋਈ ਰੌਲਾ ਨਹੀਂ ਪਾਉਣਾ, ਉਹਨਾਂ ਪੰਜਾਬ ਸਰਕਾਰ ਤੱਕ ਨਹੀਂ ਪਹੁੰਚ, ਪੰਜਾਬ ਸਰਕਾਰ ਤੱਕ ਜਦੋਂ ਹੁਣ ਪੰਜਾਬ 'ਚ ਆ ਗਏ, ਜਿਵੇਂ ਸਾਨੂੰ ਪਤਾ ਲੱਗਿਆ ਵੀ ਖਰੜ ਰਹਿ ਰਹੇ ਨੇ ਇਹਨਾਂ ਦੀਆਂ, ਮੋਹਾਲੀ 'ਚ ਬ੍ਰਾਂਚਾਂ ਨੇ, ਹੁਣ ਸਾਡੇ ਪੰਜਾਬ ਦਾ ਮਸਲਾ ਵੀ ਹੈਗਾ ਨਾਲ, ਸਾਡੇ ਪੈਸੇ ਨਹੀਂ ਹੈ ਉਹਨਾਂ ਬ੍ਰਾਂਚਾਂ 'ਚ, ਸਾਡੇ ਹੋਰ ਲੋਕਾਂ ਦੇ ਪੈਸੇ ਵੀ ਹੈ, ਅਸੀਂ ਹੁਣ ਉਹਨਾਂ ਦੇ ਵੀ ਕਢਾਉਣੇ ਨਾਲ। ਵੀਰ ਜੀ 1,00,000 ਰੁਪਏ ਦਾ ਅਸੀਂ ਪੈਟਰੋਲ ਡੀਲ ਫੂਕਤਾ, 1,00,000 ਰੁਪਏ ਦਾ ਬਾਏ ਰਿਕਾਰਡ ਜੀ, ਜਿਹਦੇ ਹਰੇਕ ਹਫ਼ਤੇ ਅਸੀਂ ਆਉਂਦੇ ਇਹਨਾਂ ਕੋਲ ਹਰੇਕ ਹਫ਼ਤੇ, ਉਹੀ ਚਾਂਸੇ ਕਦੇ ਕਰੋਨਾ ਜੀ ਪਹਿਲਾਂ, ਉਦੋਂ 2021 ਦੀ ਮਸਲਾ ਹੈ, ਦਸ ਦਸ ਬੰਦੇ ਲੈ ਕੇ ਦੇਖ ਲਿਓ ਜੀ, ਦਸ ਦਸ ਬੰਦੇ ਲੈਂਦੇ, ਸਿਆਣੇ ਬੰਦੇ ਵੀ ਲੈਂਦੇ, ਸਾਡੇ ਬਜ਼ੁਰਗ ਵੀ ਲੈਂਦੇ, ਪਰ ਉਹਨਾਂ ਨੂੰ ਵੀ ਇਹਨਾਂ ਨੇ ਗਾਲੀ ਗਲੋਚ ਕਰਕੇ ਉਹਨਾਂ ਧੱਕੇ ਮਾਰ ਕੇ ਬਾਹਰ ਕੱਢਦੇ ਰਹੇ, ਕੋਈ ਉਹਨਾਂ ਦੀ ਨਹੀਂ ਸੁਣਵਾਈ ਕਰੀ, ਡੇਟਾਂ ਦਿੰਦੇ ਰਹੇ, ਇਹਨਾਂ ਜਿਹੜਾ ਸਨੀ ਸਾਰਾ ਹੈ ਸਾਨੂੰ ਰੋਜ਼ ਮਿਲਦਾ ਈ ਵਾਰ, ਪਰ ਉਹ ਡੇਟ ਇੱਕ ਨਵੀਂ ਡੇਟ ਦੇ ਕੇ ਦਿੰਦਾ, ਹੁਣ ਜਦੋਂ ਉਹਦੇ ਉੱਤੋਂ ਦੀ ਗੱਲ ਹੋ ਗਈ, ਫਿਰ ਨਿੱਤ ਨਵਾਂ ਚਿਹਰਾ ਮਿਲਣ ਲੱਗ ਗਿਆ, ਲਾਸਟ ਦੇ ਵਿੱਚ ਤਾਂ ਇਹਨਾਂ ਨੇ ਹੱਦੇ ਪਾਰ ਕਰਤੀ, ਬਾਂਸਰ ਮੰਗਾ ਕੇ ਸਾਡੇ ਨਾਲ ਕੁੱਟਮਾਰ ਤੱਕ ਵੀ ਜਾਂਦੇ ਰਹੇ, ਗਾਲੀ ਗਲੋਚ ਵੀ ਕਰੀ, ਅਤੇ ਸਾਡੇ ਸਤਿਕਾਰਯੋਗ ਕੈਪਟਨ ਸਾਹਿਬ ਨੇ ਇਹਨੂੰ ਧੱਕੇ ਮਾਰ ਮਾਰ ਬਾਹਰ ਕੱਢਿਆ, ਇਹਨਾਂ ਨੂੰ ਵੀ ਧੱਕੇ ਮਾਰ ਮਾਰ ਕੱਢਿਆ ਜੀ, ਸਾਡੇ ਸਰਕਾਰ ਸਰਪੰਚ ਸਾਹਿਬ ਨੇ ਰਾਮਗੜ੍ਹ ਸੰਧੂਆਂ ਦੇ, ਜੇ ਅਸੀਂ ਉਰੇ ਆ ਕੇ ਕੱਲ੍ਹ ਨੂੰ ਧਰਨਾ ਲਾਉਂਦੇ ਇਹਨਾਂ ਦੀ ਚੰਡੀਗੜ੍ਹ ਦੇ ਵਿੱਚ, ਤਾਂ ਪ੍ਰਸ਼ਾਸਨ ਉਹਦੀ ਸਾਡੇ 'ਤੇ ਕਾਰਵਾਈ ਕਰਨ ਲੱਗ ਜੂਗਾ, ਹੁਣ ਇਹਨਾਂ ਦੀ ਕੋਈ ਕਾਰਵਾਈ ਨਹੀਂ, ਜਿਹੜੇ ਠੱਗ ਨੇ ਫਰੌਡ ਨੇ। ਅਸੀਂ ਇਹ ਮੁੰਡਿਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਖਰੜ ਤੋਂ, ਮੋਹਾਲੀ ਤੋਂ, ਖੰਨੇ ਤੋਂ, ਸਮਰਾਲੇ ਤੋਂ, ਸੰਗਰੂਰ ਜ਼ਿਲ੍ਹਾ ਸਾਰਾ ਉਰੇ ਆਊਗਾ, ਸਾਰੇ ਅਸੀਂ ਇਸ ਮਾਲਕ ਦੀਆਂ ਕੋਠੀਆਂ ਜਿੱਥੇ ਵੀ ਇਹਨਾਂ ਦੀਆਂ ਬ੍ਰਾਂਚਾਂ ਨੇ ਅਸੀਂ ਉਹਨਾਂ 'ਚ ਆ ਕੇ ਬੈਠਾਂਗੇ, ਇਹਨਾਂ ਨੂੰ ਅੰਦਰ ਨਹੀਂ ਵੜ ਦਿੰਦੇ। ਜਿੰਨੇ ਵੀ ਹੋਰ ਲੋਕ ਨੇ, ਹਾਂ ਇੰਨਾ ਜਿਹੜੀਆਂ ਅਸੀਂ ਬੋਲੀਆਂ ਨੇ ਇਹਨਾਂ ਦੀ ਏਜੰਸੀਆਂ ਨੇ, ਇਹਨਾਂ 'ਚ ਕਿਸੇ ਹੋਰ ਲੋਕਾਂ ਦੇ ਪੈਸੇ ਵੀ ਫਸੇ ਨੇ, ਉਹ ਵੀ ਆ ਕੇ ਸਾਡਾ ਸਾਥ ਦੇਣ, ਇੱਕ ਜਿਹੜਾ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜਾਵੇ।